ਫਸਲ ਤੋਂ ਚੰਗਾ ਝਾੜ ਲੈਣ ਲਈ ਸ਼ੁਰੂਆਤੀ ਦਿਨਾਂ ਦੇ ਵਿੱਚ ਜਿਹੜੇ ਆਪਾਂ ਮੁੱਖ ਕੰਮ ਕਰਨੇ ਨੇ ਉਹਨਾਂ ਦੇ ਵਿੱਚ ਖਾਦ ਖੁਰਾਕ ਜਿਹੜੀ ਸ਼ੁਰੂਆਤੀ ਦੇਣੀ ਹੈ ਕਿੰਨੀ ਮਾਤਰਾ ਚ ਦੇਣੀ ਹੈ ਤੇ ਉਹਨਾਂ ਦਾ ਸਮਾਂ ਤੇ ਉਹਨਾਂ ਦੇ ਨਾਲ-ਨਾਲ ਸ਼ੁਰੂਆਤੀ ਦਿਨਾਂ ਦੇ ਵਿੱਚ ਨਦੀਨਾਂ ਦਾ ਕੰਟਰੋਲ ਕਿੱਦਾਂ ਕਰਨਾ ਹੈ ਝੋਨੇ 'ਚ ਨਦੀਨ ਕਈ ਜਗ੍ਹਾ ਤੇ ਬਹੁਤ ਵੱਡੀ ਮੁਸ਼ਕਲ ਪੈਦਾ ਕਰਦੇ ਨੇ ਤੇ ਕਈ ਕਿਸਾਨਾਂ ਦੇ ਕਹਿਣੇ ਅਨੁਸਾਰ ਕਈ ਜਗ੍ਹਾ ਤੇ ਨਦੀਨ ਕੰਟਰੋਲ ਵੀ ਨਹੀਂ ਆ ਰਹੀ ਪਰ ਕਈ ਵਾਰ ਆਪਾਂ ਨਦੀਨਾ ਨੂੰ ਕੰਟਰੋਲ ਕਰਨ ਦੇ ਜਿਹੜੇ ਢੰਗ ਤਰੀਕੇ ਵਰਤਰੇ ਹੁੰਦੇ ਆ ਉਹਨਾਂ ਢੰਗ ਤਰੀਕਿਆਂ ਦੇ ਵਿੱਚ ਥੋੜੀ ਕਮੀ ਰਹਿ ਜਾਂਦੀ ਹੈ ਜਾਂ ਆਪਾਂ ਕੋਈ ਤਰੀਕਾ ਸਹੀ ਢੰਗ ਨਾਲ ਨਹੀਂ ਵਰਤਦੇ ਤਾਂ ਉਹ ਦਵਾਈ ਪੂਰੀ ਤਰ੍ਹਾਂ ਕੰਮ ਨਹੀਂ ਕਰਦੀ ਹਰ ਵਾਰ ਦਵਾਈ ਦਾ ਆਪਾਂ ਕਹਿੰਦੇ ਆ ਕਿ ਦਵਾਈ ਦੇ ਖਰਾਬ ਹੈ ਜਾਂ ਦਵਾਈ ਨੇ ਕੰਮ ਨਹੀਂ ਕਰਿਆ ਕਈ ਵਾਰ ਆਪਣੇ ਢੰਗ ਤਰੀਕੇ ਦੇ ਵਿੱਚ ਵੀ ਕਮੀ ਰਹਿ ਜਾਂਦੀ ਹੈ ਹਰ ਵਾਰ ਦਵਾਈ ਦੀ ਕਮੀ ਨਹੀਂ ਹੁੰਦੀ ਅਸੀਂ ਹਰ ਵਾਰ ਇੱਕੋ ਤਰੀਕਾ ਵਰਤਦੇ ਹਾਂ ਤੇ ਤਕਰੀਬਨ ਪਿਛਲੇ 10-15 ਸਾਲ ਤੋਂ ਤਰੀਕਾ ਵਰਤ ਰਹੇ ਹਾਂ ਤੇ ਝੋਨੇ ਦੇ ਵਿੱਚ ਤਕਰੀਬਨ ਨਦੀਨ ਖਤਮ ਹੋ ਜਾਂਦੇ ਨੇ ਇਕੱਲਾ ਮੈਂ ਨਹੀਂ ਸਾਰੇ ਗਰੁੱਪ ਦੇ ਕਿਸਾਨ ਹੀ ਉਹ ਤਰੀਕਾ ਵਰਤ ਰਹੇ ਨੇ ਕੰਪਨੀ ਵਾਲੇ ਅਲੱਗ-ਅਲੱਗ ਤਰੀਕੇ ਦੱਸਦੇ ਨੇ ਤੇ ਕਿਸਾਨ ਵੀ ਕਈ ਅਲੱਗ-ਅਲੱਗ ਤਰੀਕੇ ਅਪਣਾਉਂਦੇ ਨੇ ਪਰ ਜੇਕਰ ਤੁਸੀਂ ਨਦੀਨਾ ਨੂੰ ਕੰਟਰੋਲ ਕਰਨਾ ਹੈ ਤਾਂ ਉਹਦੇ ਲਈ ਤੁਹਾਡੇ ਕੋਲ ਸ਼ੁਰੂਆਤੀ 3 ਦਿਨ ਹੁੰਦੇ ਨੇ ਝੋਨੇ ਦੀ ਲਵਾਈ ਤੋਂ ਬਾਅਦ 3 ਦਿਨਾਂ ਦੇ ਅੰਦਰ ਅੰਦਰ ਤੁਸੀਂ ਨਦੀਨ ਨਦੀਨ ਕੰਟਰੋਲ ਕਰਨ ਵਾਲੀ ਦਵਾਈ ਪਾਉਣੀ ਹੁੰਦੀ ਹੈ ਦਵਾਈ ਜਿਹੜੀ ਵੀ ਪਾ ਲਓ ਅਲੱਗ-ਅਲੱਗ ਕਿਸਾਨ ਆਪਣੇ ਤਜਰਬੇ ਦੇ ਹਿਸਾਬ ਨਾਲ ਦਵਾਈ ਵਰਤਦੇ ਨੇ ਪਰ 3 ਦਿਨਾਂ ਦੇ ਅੰਦਰ ਤੁਸੀਂ ਦਵਾਈ ਪਾਉਣੀ ਹੈ ਤੇ ਉਹ ਦਵਾਈ ਪਾਉਣ ਦਾ ਜਿਹੜਾ ਸਹੀ ਤਰੀਕਾ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ ਹੁਣ ਕਈ ਕਿਸਾਨ ਬੋਤਲ ਦੇ ਨਾਲ ਵੀ ਦਵਾਈ ਪਾਉਂਦੇ ਨੇ ਸਿੱਧੀ ਕਈ ਕਿਸਾਨ ਬੋਤਲ ਦੇ ਵਿੱਚ ਦਵਾਈ ਪਾ ਕੇ ਉਹਦੇ ਨਾਲ ਡੀਜ਼ਲ ਵੀ ਪਾਉਂਦੇ ਨੇ ਪਰ ਦਵਾਈਆਂ ਦੇ ਨਾਲ ਡੀਜ਼ਲ ਪਾਉਣ ਦੀ ਜ਼ਰੂਰਤ ਨਹੀਂ ਉਹ ਪਹਿਲੇ ਹੀ ਆਇਲ 베ਸਡ ਹੁੰਦੀਆਂ ਨੇ ਤੇਲ 베ਸਡ ਹੁੰਦੀਆਂ ਨੇ ਉਹਨਾਂ ਨੇ ਇੱਕ ਵਾਰ ਜਿੱਥੇ ਦਵਾਈ ਦਾ ਕੋਈ ਛਿੱਟਾ ਗਿਰ ਗਿਆ ਉਹਨੇ ਉੱਪਰ ਪਾਣੀ ਦੀ ਸਤ੍ਹਾ ਦੇ ਉੱਪਰ ਫੈਲ ਕੇ ਚਾਰੇ ਪਾਸੇ ਫੈਲ ਜਾਣਾ ਹੁੰਦਾ ਪਰ ਬੋਤਲ ਨਾਲ ਪਾਉਣ ਵਾਲਾ ਢੰਗ ਉਹਨਾਂ ਕਾਰਗਰਨੀ ਵਿੱਚ ਡੀਜ਼ਲ ਮਿਲਾ ਕੇ ਪਾਉਣ ਵਾਲਾ ਢੰਗ ਵੀ ਉਹਨਾਂ ਕਾਰਗਰਨੀ ਆਸਲ 'ਚ ਨਦੀਨ ਨਾਸ਼ਕ ਜਿਹੜਾ ਆਪਾਂ ਵਰਤਣਾ ਹੈ ਤਾਂ ਕਿ ਨਦੀਨਾਂ ਦਾ 100% ਖਾਤਮਾ ਹੋ ਜੇ ਉਹਦੇ ਲਈ ਤੁਸੀਂ ਪ੍ਰਤੀ ਏਕੜ 40 ਤੋਂ 50 ਕਿਲੋ ਮਿੱਟੀ ਲੈਣੀ ਹੈ ਰੇਤ ਲੈ ਲੈਣੀ ਹੈ ਤੁਸੀਂ ਬਰੇਤੀ ਵੀ ਲੈ ਸਕਦੇ ਹੋ ਸਿੰਪਲ ਰੇਤਾ ਵੀ ਲੈ ਸਕਦੇ ਹੋ ਤੇ ਉਹਦੇ ਵਿੱਚ ਤੁਸੀਂ ਦਵਾਈ ਮਿਲਾਉਣੀ ਹੈ ਤੇ ਉਹਦਾ ਛਿੱਟਾ ਚੰਗੀ ਤਰ੍ਹਾਂ ਦੇਣਾ ਰੇਤੇ ਦਾ ਕਿਉਂਕਿ ਕਈ ਵਾਰ ਐਦਾਂ ਹੁੰਦਾ ਹੈ ਕਿ ਆਪਾਂ ਬੋਤਲ ਨਾਲ ਦਵਾਈ ਪਾ ਦਿੰਦੇ ਆ ਤੇ ਉਸ ਸਮੇਂ ਹਵਾਵਾਂ ਤੇਜ਼ ਚੱਲਦੀਆਂ ਹੁੰਦੀਆਂ ਨੇ ਤੇ ਸਾਰੀ ਦਵਾਈ ਉੱਪਰਲੀ ਸਤ੍ਹਾ ਤੋਂ ਇਕੱਠੀ ਹੋ ਕੇ ਇੱਕ ਪਾਸੇ ਇਕੱਠੀ ਹੋ ਜਾਂਦੀ ਹੈ ਫਿਰ ਦੂਸਰੇ ਪਾਸੇ ਹਵਾ ਚੱਲਦੀ ਹੈ ਦਵਾਈ ਫਿਰ ਦੂਸਰੇ ਪਾਸੇ ਆ ਜਾਂਦੀ ਹੈ ਕਿਉਂਕਿ ਤੇਲ ਬੇਸਡ ਹੁੰਦੀ ਹੈ ਇਹ ਤੇ ਉਹ ਪਾਣੀ ਦੇ ਸਤ੍ਹਾ ਦੇ ਉੱਪਰ ਫੈਲਦੀ ਰਹਿੰਦੀ ਹੈ ਪਰ ਜੇਕਰ ਤੁਸੀਂ ਮਿੱਟੀ 'ਚ ਰਲਾ ਕੇ ਦਵਾਈ ਪਾਉਂਗੇ ਤਾਂ ਉਹ ਮਿੱਟੀ ਜਾ ਕੇ نیچے ਬੈਠੂ ਤੇ ਦਵਾਈ ਨੇ ਤਾਂ ਕੁਲਕੇ ਸਾਰੇ ਪਾਸੇ ਚਲੀ ਜਾਣਾ ਕਿਉਂਕਿ ਆਇਲ ਬੇਸਡ ਹੈ ਉਹ ਤੇ نیچے ਵੀ ਉਹਦਾ ਅਸਰ ਪੂਰਾ ਰਹੂਗਾ ਜਿੱਥੇ ਉਹ ਮਿੱਟੀ ਗਿਰੂਗੀ ਇਸ ਤਰੀਕੇ ਨਾਲ ਦਵਾਈ ਦਾ ਫਾਇਦਾ ਵੀ ਜ਼ਿਆਦਾ ਹੋਊਗਾ ਤੇ ਦਵਾਈ 100% ਕੰਮ ਕਰੂਗੀ ਤੇ ਇਹ ਤਰੀਕਾ ਬਹੁਤ ਕਾਰਗਰ ਹੈ ਤੁਸੀਂ ਇਸ ਤਰੀਕੇ ਦੀ ਚੋਣ ਕਰੋ ਦਵਾਈ ਪਾਉਣ ਲੱਗੇ ਦੂਜੇ ਤਰੀਕੇ ਨਾਲ ਕੰਮ ਜ਼ਰੂਰ ਜਲਦੀ ਨਿਬੜ ਜਾਂਦਾ ਹੈ ਪਰ ਬਾਅਦ ਚ ਜਾ ਕੇ ਕਈ ਵਾਰ ਨਦੀਨ ਬਹੁਤ ਵੱਡੀ ਸਮੱਸਿਆ ਬਣ ਜਾਂਦੇ ਨੇ ਫਿਰ ਉਹਨੂੰ ਘੜਵਾਉਣ ਲਈ ਤੁਹਾਨੂੰ ਪਤਾ ਹੈ ਲੇਬਰ ਕਿੰਨੀ ਲੱਗਦੀ ਹੈ ਉਹਦਾ ਉੱਪਰ ਖਰਚਾ ਪੈਂਦਾ ਦਵਾਈ ਤੁਸੀਂ ਪਾਤੀ ਉਹਨੇ ਕੰਮ ਨਹੀਂ ਕਰਿਆ ਇਸ ਲਈ ਹਮੇਸ਼ਾ ਉਹ ਤਰੀਕਾ ਵਰਤਿਆ ਕਰੋ ਜਿਹੜਾ ਕਾਰਗਰ ਹੋਵੇ ਸਮਾਂ-ਪਾਵੇਂ ਉਹਦੇ ਲਈ ਵੱਧ ਲੱਗਦਾ ਹੋਵੇ ਪਰ ਜਿਹੜਾ ਤਰੀਕਾ 100% ਕੰਮ ਕਰਦਾ ਹੈ ਹਮੇਸ਼ਾ ਉਸੇ ਦੀ ਚੋਣ ਕਰਿਆ ਕਰੋ ਨਦੀਨ ਨਾਲ ਤੁਸੀਂ ਕੋਈ ਵੀ ਵਰਤ ਸਕਦੇ ਹੋ ਜਿਹੜਾ ਤੁਹਾਨੂੰ ਠੀਕ ਲੱਗਦਾ ਪਰ ਤਰੀਕਾ ਇਹ ਵਰਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ